ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ। ਅਤੇ ਤੁਸੀਂ ਦੇਖ ਸਕਦੇ ਆਪਾਂ ਪਹੁੰਚੇ ਹੋਏ ਹਾਂ ਗੋਆ, ਅਤੇ ਗੋਆ ਦੇ ਵਿੱਚ ਇਹ ਬਹੁਤ ਹੀ ਫੇਮਸ ਬੀਚ ਹੈ ਜਿਹਨੂੰ ਕਹਿ ਦਿੰਦੇ ਆ ਬਾਗਾ ਬੀਚ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਜ਼ਿਆਦਾ ਹੈਪਨਿੰਗ ਪਲੇਸ ਹੈ ਇਹ। ਬਹੁਤ ਸਾਰੇ ਇੱਥੇ ਕੈਫੇਜ਼, ਰੈਸਟੋਰੈਂਟਸ, ਕਲੱਬਸ, ਬਹੁਤ ਕੁਛ ਹੈ ਇੱਥੇ। ਅਤੇ ਬਾਕੀ ਹੁਣ ਥੋੜ੍ਹਾ ਜਿਹਾ ਇੱਥੇ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ, ਵੋਟਾਂ ਦਾ ਟਾਈਮ ਸੀਗਾ, ਜ਼ਿਆਦਾ ਟਾਈਮ ਇੱਥੇ ਪਾਰਟੀਜ਼ ਵਗੈਰਾ ਨਹੀਂ ਚੱਲ ਸਕਦੀਆਂ ਸੀਗੀਆਂ। ਅਤੇ ਆਹ ਤੁਸੀਂ ਲਾਈਟਨਿੰਗ ਵਗੈਰਾ ਜ਼ਰੂਰ ਦੇਖ ਸਕਦੇ ਹੋ, ਲਾਈਟਨਿੰਗ ਵਗੈਰਾ ਹੈਗੀ ਆ, ਬਹੁਤ ਵਧੀਆ, ਬਹੁਤ ਲੋਕ ਫਿਰ ਰਹੇ ਸੀਗੇ। ਇਹ ਮਿਊਜ਼ਿਕ ਵਗੈਰਾ ਦਾ ਟਾਈਮ ਇਹਨਾਂ ਨੇ ਦਿੱਤਾ ਹੋਇਆ ਸੀ 10 ਵਜੇ ਦਾ, ਬਟ ਧੱਕੇ ਨਾਲ ਚਲਾ ਰਹੇ ਸੀਗੇ 10:30-11 ਵਜੇ ਤੱਕ। ਅਤੇ ਬਹੁਤ ਜ਼ਿਆਦਾ ਲੋਕ ਇੱਥੇ ਆਉਂਦੇ ਆ, ਅਤੇ ਬਹੁਤ ਜ਼ਿਆਦਾ ਮਤਲਬ ਕਿ ਭੀੜ ਭੜੱਕੇ ਵਾਲਾ, ਸ਼ੋਰ ਸ਼ਰਾਬੇ ਵਾਲਾ ਇਹ ਜਗ੍ਹਾ ਬਣ ਚੁੱਕੀ ਹੈ ਇਸ ਟਾਈਮ। ਜਦੋਂ ਮੈਂ ਪਹਿਲਾਂ ਗਿਆ ਸੀ ਜੇ ਉਹਦੇ ਨਾਲ ਕੰਪੈਰੀਜ਼ਨ ਕਰਾਂ ਤਾਂ ਹੁਣ ਇੱਥੇ ਬਹੁਤ ਜ਼ਿਆਦਾ ਗੰਦ ਪੈ ਚੁੱਕਿਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਈਏ। ਜੇ ਤੁਸੀਂ ਜਾਣਾ ਵੀ ਚਾਹੁੰਦੇ ਹੋ ਤਾਂ ਐਵੇਂ ਦਾ ਦਿਨ ਸਿਲੈਕਟ ਕਰੋ ਵੀ ਛੁੱਟੀਆਂ ਨਾ ਹੋਣ ਇੱਕ ਤਾਂ, ਠੀਕ ਹੈ, ਅਤੇ ਥੋੜ੍ਹਾ ਜਿਹਾ ਉਵੇਂ ਦਾ ਮਾਹੌਲ ਹੋਵੇ ਵੀ ਜ਼ਿਆਦਾ ਲੋਕ ਨਾ ਹੋਣ, ਹੈ ਨਾ, ਕਿਉਂਕਿ ਵੀਕਐਂਡ ਆ ਜਾਂਦਾ ਤਾਂ ਓਬਵੀਅਸਲੀ ਬਹੁਤ ਜ਼ਿਆਦਾ ਗੰਦ ਪੈ ਚੁੱਕਿਆ ਹੋਇਆ ਇੱਥੇ। ਇੰਨੀ ਜ਼ਿਆਦਾ ਓਨੀ ਜ਼ਿਆਦਾ ਜਿੰਨੀ ਪਹਿਲਾਂ ਸਫਾਈ ਸੀ ਓਨੀ ਸਫਾਈ ਵੀ ਨਹੀਂ ਰਹੀ, ਅਤੇ ਇੰਨਾ ਜ਼ਿਆਦਾ ਟੂਰਿਸਟ ਹੈ ਅਤੇ ਆਪਣੇ ਲੋਕਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕੁ ਸਾਫ਼ ਸਫਾਈ ਰੱਖਣ ਦੀ ਅਤੇ ਗੰਦ ਪਾਉਣ ਦੀ ਆਦਤ ਜਿਹੜੀ ਹੈਗੀ ਆ ਉਹਦੇ ਤੋਂ ਸਾਰੇ ਮਜਬੂਰ ਨੇ। ਮੈਂ ਵੀ ਉਹਨਾਂ 'ਚੋਂ ਵਿੱਚੋਂ ਇੱਕੋ ਹੀ, ਆਪਾਂ ਵੀ ਵਿੱਚ ਆ ਜਾਂਦੇ ਹਾਂ, ਪਰ ਆਪਾਂ ਕੋਸ਼ਿਸ਼ ਕਰੀ ਦੀ ਆਪਣੇ ਵੱਲੋਂ ਆਪਣਾ ਬੈਸਟ ਦੇਣ ਦੀ, ਤਾਂ ਕਿ ਆਪਾਂ ਇਨਵਾਇਰਮੈਂਟ ਦੇ ਨਾਲ ਜਿੱਥੇ ਗਏ ਹਾਂ ਆਪਾਂ ਉਹ ਜਗ੍ਹਾ 'ਤੇ ਜਾ ਕੇ ਖਲਾਰਾ ਖਲੂਰਾ ਨਾ ਪਾਈਏ। ਅਤੇ ਬਾਕੀ ਚਲੋ ਇਹ ਗੱਲਾਂ ਤਾਂ ਆ ਗਈਆਂ ਗਿਆਨ ਵਾਲੀਆਂ, ਇਹਨਾਂ ਨੂੰ ਆਪਾਂ ਸਾਈਡ 'ਤੇ ਰੱਖ ਕੇ ਤੁਸੀਂ ਬੀਚੋਂ ਇੰਜੋਏ ਕਰੋ ਅਤੇ ਸਾਈਡ ਦਾ ਵਿਊ ਇੰਜੋਏ ਕਰੋ। ਲੋਕਾਂ ਨੇ ਇੱਥੇ ਜਿਹੜੇ ਆਹ ਕੈਫੇਜ਼ ਵਗੈਰਾ ਖੋਲ੍ਹੇ ਹੋਏ ਆ ਬਹੁਤ ਜ਼ਿਆਦਾ ਫੇਮਸ ਨੇ ਇਹ, ਬਹੁਤ ਜ਼ਿਆਦਾ ਲੋਕ ਨੇ ਆਉਂਦੇ ਆ ਇੱਥੇ, ਹੈ ਨਾ, ਤਾਂ ਕਰਕੇ ਓਬਵੀਅਸਲੀ ਜੇ ਆਉਂਦੇ ਆ ਤਾਂ ਹੀ ਉਹਨਾਂ ਨੂੰ ਕਮਾਈ ਆ ਇਸ ਚੀਜ਼ ਤੋਂ। ਅਤੇ ਤੁਸੀਂ ਇੱਥੇ ਬੈਠ ਕੇ ਆਪਣਾ ਕੁਛ ਵੀ ਡਿਨਰ ਵਗੈਰਾ ਕਰ ਸਕਦੇ ਹੋ, ਦੁਪਹਿਰੇ ਆ ਰਹੇ ਹੋ ਤਾਂ ਤੁਸੀਂ ਲੰਚ ਕਰ ਸਕਦੇ ਹੋ, ਤੁਹਾਨੂੰ ਇੱਥੇ ਬੈਠਣ ਵਾਸਤੇ ਬੈਡਿੰਗ ਵਗੈਰਾ ਜਿਹੜੇ ਬੈੱਡ ਜੇ ਹੁੰਦੇ ਨੇ ਉਹ ਤੁਹਾਨੂੰ ਉਹ ਮਿਲ ਜਾਣਗੇ ਇੱਥੇ ਬਹਿਣ ਬਹੁਣ ਵਾਸਤੇ, ਹੈ ਨਾ। ਅਤੇ ਅਗਰ ਤੁਸੀਂ ਸਪੈਸ਼ਲ ਡਿਨਰ ਡੇਟ ਵਗੈਰਾ ਆਪਣੇ ਪਾਰਟਨਰ ਨਾਲ ਪਲਾਨ ਕਰਕੇ ਜਾ ਰਹੇ ਹੋ ਤਾਂ ਤੁਸੀਂ ਇਹਨਾਂ ਨਾਲ ਕਹਿ ਕੇ ਗੱਲਬਾਤ ਕਰਕੇ ਤੁਸੀਂ ਇੱਕ ਅਲੱਗ ਤੋਂ ਆਪਣਾ ਟੇਬਲ ਬੁੱਕ ਕਰਾ ਸਕਦੇ ਹੋ। ਉੱਥੇ ਤੁਹਾਨੂੰ ਉਵੇਂ ਦਾ ਇਹ ਮਾਹੌਲ ਜਗ੍ਹਾ ਕ੍ਰੀਏਟ ਕਰਕੇ ਦੇ ਦੇਣਗੇ, ਜਿੱਦਾਂ ਕੈਂਡਲ ਲਾਈਟ ਵਗੈਰਾ ਹੋ ਗਿਆ ਜਾਂ ਕੁਛ ਵੀ, ਹੈ ਨਾ, ਦਿਲ ਜਿਹਾ ਬਣਾ ਕੇ ਦੇ ਦੇਣਗੇ ਤੁਹਾਨੂੰ ਲਾਈਟਾਂ ਜੀਆਂ ਦੇ ਨਾਲ ਜਾਂ ਕੁਛ ਵੀ ਉਵੇਂ ਦਾ ਤੁਹਾਡਾ ਕੁਛ ਯੂਨੀਕ ਜੀ ਚੀਜ਼ ਕਰ ਦੇਣਗੇ। ਬਾਕੀ ਇੱਥੇ ਬਹੁਤ ਜ਼ਿਆਦਾ ਭੀੜ ਸੀ, ਪਿੱਛੇ ਆਪਾਂ ਪਾਰਕਿੰਗ 'ਚ ਆਪਣਾ ਸਕੂਟਰ ਪਾਰਕ ਕਰ ਆਏ ਸੀਗੇ ਅਤੇ ਅੱਗੇ ਆਏ, ਤੁਰ ਕੇ ਆਏ, ਸ਼ੂ ਪਾਏ ਹੋਏ ਸੀਗੇ, ਧਿਆਨ 'ਚ ਨਹੀਂ ਸੀਗਾ, ਚੱਪਲਾਂ ਘਰ ਹੀ ਰਹਿ ਗਈਆਂ ਸੀਗੀਆਂ। ਫਿਰ ਇੱਥੇ ਵਾਰੀ ਵਾਰੀ ਤਾਂ ਆਪਾਂ ਹਰ ਜਗ੍ਹਾ 'ਤੇ ਚੱਪਲਾਂ ਨਵੀਆਂ ਵੀ ਲੈ ਸਕਦੇ। ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਆਪਣੇ ਨਾਲ ਜ਼ਰੂਰ ਕੈਰੀ ਕਰ ਲਿਆ ਕਰੋ ਅਗਰ ਪੈਰਾਂ 'ਚ ਨਹੀਂ ਪਾ ਰਹੇ ਤਾਂ, ਕਿਉਂਕਿ ਤੁਰਨਾ ਔਖਾ ਹੋ ਜਾਂਦਾ ਜਿੱਥੇ ਸ਼ੂ ਵਾਲੀ ਥਾਂ 'ਤੇ ਚੱਪਲ ਪਾ ਕੇ ਤੁਰਨਾ ਔਖਾ ਹੋ ਜਾਂਦਾ, ਚੱਪਲ ਵਾਲੀ ਥਾਂ 'ਤੇ ਸ਼ੂ ਪਾ ਕੇ ਤੁਰਨਾ ਔਖਾ ਹੋ ਜਾਂਦਾ। ਅਤੇ ਕਿਉਂਕਿ ਸੈਂਡ ਹੋਣ ਕਰਕੇ ਸ਼ੂ ਸਾਰੇ ਰੇਤੇ ਨਾਲ ਭਰ ਗਏ ਸੀਗੇ, ਅਤੇ ਬਾਕੀ ਬੀਚ ਸੀਗਾ ਇੱਥੇ, ਫਿਰ ਆਪਾਂ ਵਿੱਚ ਪੈਰ ਪੂਰ ਪਾ ਕੇ ਨਹੀਂ ਵੜ ਸਕਦੇ ਸੀ, ਹੈ ਨਾ, ਬਾਕੀ ਸ਼ੂ ਫਿਰ ਹੱਥ 'ਚ ਫੜਨੇ ਪੈਣੇ ਸੀ। ਠੀਕ ਹੈ, ਉਮੀਦ ਕਰਦੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ। ਪਸੰਦ ਆਇਆ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਬਾਰੇ ਜ਼ਰੂਰ ਚਿੱਬ ਕੱਢ ਦਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਉਮੀਦ ਕਰਦੇ ਤੁਹਾਨੂੰ ਆਪਣਾ ਵਲੌਗ ਜ਼ਰੂਰ ਪਸੰਦ ਆਊਗਾ। ਅਤੇ ਬਾਕੀ ਆਹ ਬਾਈ ਜਿਵੇਂ ਆਹ ਸਾਈਡ 'ਤੇ ਖੜ੍ਹੇ ਆ, ਇਹ ਬੁਲਾਉਂਦੇ ਕਰਦੇ ਰਹਿੰਦੇ ਆ ਵੀ ਆ ਜਾਓ ਸਾਡੇ ਕੋਲ ਬਹਿ ਜਾਓ। ਅਤੇ ਇਹਨਾਂ ਨੂੰ ਕਮਿਸ਼ਨ ਬੇਸਡ ਹੁੰਦੇ ਨੇ ਸ਼ਾਇਦ, ਇਹਨਾਂ ਦਾ ਵੀ ਕੰਮ ਹੈ ਵਿਚਾਰਿਆਂ ਦਾ, ਬੁਲਾਉਣਾ ਹੀ ਉਹਨਾਂ ਨੇ। ਅਤੇ ਬਾਕੀ ਇੱਥੇ ਆਪਾਂ ਵਧੀਆ ਘੁੰਮ ਫਿਰ ਕੇ ਆਪਣੇ ਨਜ਼ਾਰੇ ਲਏ। ਤੁਸੀਂ ਜਾ ਰਹੇ ਹੋ ਤਾਂ ਬਾਗਾ ਬੀਚ ਇੱਕ ਵਾਰੀ ਜ਼ਰੂਰ ਤੂੰ ਬਕਟ ਲਿਸਟ ਦੇ ਵਿੱਚ ਰੱਖਿਓ ਇੱਕ ਵਾਰੀ, ਤਾਂ ਕਿ ਤੁਹਾਡਾ ਇੱਥੋਂ ਦਾ ਗੇੜਾ ਹੋ ਜੂਗਾ, ਤਾਂ ਤੁਹਾਨੂੰ ਵੀ ਐਕਸਪੀਰੀਅੰਸ ਹੋ ਜੂਗਾ ਵੀ ਤੁਹਾਨੂੰ ਕਿੱਥੇ ਜਾਣਾ ਚਾਹੀਦਾ, ਕਿੱਥੇ ਨਹੀਂ ਜਾਣਾ ਚਾਹੀਦਾ, ਕਿੱਥੇ ਤੁਹਾਡਾ ਵਧੀਆ ਐਕਸਪੀਰੀਅੰਸ ਸੀਗਾ। ਮਿਲਦਾ ਨੈਕਸਟ ਵਲੌਗ 'ਚ, ਬਾਏ ਗਾਈਜ਼, ਟੇਕ ਕੇਅਰ, ਸਤਿ ਸ਼੍ਰੀ ਅਕਾਲ।